ਬੀਦੀਪੁਰ ਦੇ ਵਾਸੀਆਂ ਨੇ ਅੱਜ ਜੀਟੀ ਰੋਡ ਉੱਤੇ ਆਵਾਜਾਈ ਠੱਪ ਕਰਕੇ ਪੰਜਾਬ ਸਰਕਾਰ ਅਤੇ ਪੰਚਾਇਤ ਵਿਰੁੱਧ ਧਰਨਾ ਲਗਾਇਆ। ਇਸ ਮੌਕੇ ਪਿੰਡ ਵਾਸੀਆਂ ਨੇ ਰੋਹ ਜ਼ਾਹਰ ਕਰਦਿਆਂ ਦੱਸਿਆ ਕਿ ਉਹਨਾਂ ਦੇ ਘਰਾਂ ਦੇ ਕੋਲ ਗੁਰਦਾਸਪੁਰ ਬਟਾਲਾ ਜੀਟੀ ਰੋਡ ਉੱਤੇ ਸਥਿਤ ਛੱਪੜ ਦੀ 20 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਫਾਈ ਨਹੀਂ ਹੋਈ ਅਤੇ ਨਾ ਹੀ ਇਸ ਦੇ ਪਾਣੀ ਦੇ ਨਿਕਾਸ ਦਾ ਅਜੇ ਤੱਕ ਕੋਈ ਸਹੀ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਕਈ ਵਾਰ ਇਹ ਮਾਮਲਾ ਆਪਣੀਆਂ ਪੰਚਾਇਤਾਂ ਦੇ ਧਿਆਨ ਵਿੱਚ ਵੀ ਲਿਆਂਦਾ ਪਰ ਉਹਨਾਂ ਦੀ ਸਾਰ ਨਹੀਂ ਲਈ ਗਈ, ਜਿਸ ਦੀ ਵਜ੍ਹਾ ਕਾਰਨ ਅੱਜ ਛੱਪੜ ਦਾ ਪਾਣੀ ਉਹਨਾਂ ਦੇ ਘਰਾਂ ਅੰਦਰ ਵੜ ਰਿਹਾ ਹੈ ਅਤੇ ਘਰਾਂ ਦੇ ਬਾਹਰ ਖੜਾ ਹੈ, ਜਿਸ ਕਾਰਨ ਉਹ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਬਹੁਤ ਸਾਨੂੰ ਮੁਸ਼ਕਿਲ ਆ, ਪਾਣੀ ਦਾ ਕੋਈ ਹੱਲ ਨਹੀਂ ਕਰਦਾ, ਆਪਣਾ ਟਾਈਮ ਕੱਢ ਲੈਂਦੇ ਆ, ਮੁੜ ਕੇ ਸਾਨੂੰ ਕੋਈ ਪੁੱਛਦਾ ਨਹੀਂ ਗਾ, ਇਹ ਪ੍ਰੋਬਲਮ ਜ਼ਿਆਦਾ ਵਾ। ਸਾਡੀ ਮੰਗ ਹੈ ਵੀ ਸਾਡਾ ਪਾਣੀ ਨਿਕਲਣਾ ਚਾਹੀਦਾ, ਪਾਣੀ ਦਾ ਨਿਕਾਸ ਹੋਣਾ ਚਾਹੀਦਾ ਕਿਸੇ ਨੇ ਜੀ। ਮੇਰਾ ਨਾਮ ਰਜੀਤ ਕੌਰ, ਪਿੰਡ ਬੀਦੀਪੁਰ। ਛੋਟੇ ਛੋਟੇ ਬੱਚੇ ਸਕੂਲ ਜਾਂਦੇ ਚੱਪਲਾਂ 'ਚ ਫੜ ਕੇ ਜਾਂਦੇ, ਬਹੁਤ ਖਤਰਾ ਵਾ। ਟਰਾਲੀ ਗੰਨਿਆਂ ਵਾਰੀ ਵਿੱਚ ਡੁੱਬੀ, ਨਹੀਂ ਲੱਭੀ, ਸਾਰੀ ਡੁੱਬ ਗਈ ਸੀ। ਉਦੋਂ ਮਹਾਂ ਮੁਸ਼ਕਿਲ, ਫਿਰ ਕਾਰ ਭਰੀ ਉਹ ਵੀ ਨਿਕਲੀ ਵਿੱਚੋਂ, ਫਿਰ ਇੱਕ ਬੇਟੀ ਦੀ ਲੱਤ ਟੁੱਟ ਗਈ ਹੰਡਾ ਵੱਜ ਕੇ। ਬਹੁਤ ਜ਼ਿਆਦਾ ਸ਼ਿਕਾਰ ਹੁੰਦਾ ਵਾ, ਬਹੁਤ ਜ਼ਿਆਦਾ ਨਰਕ 'ਚ ਫਸੇ ਆ। ਰਾਤ ਨੂੰ ਸੱਪ ਸਪੋਲੀਏ ਸਾਡੇ ਘਰ ਆ ਜਾਂਦੇ ਆ, ਮੰਜਿਆਂ 'ਤੇ ਚੜ੍ਹ ਜਾਂਦੇ ਆ, ਅਸੀਂ ਕਿੱਧਰ ਜਾਈਏ ਵੀ? ਕਿਹੜੀ ਸਰਕਾਰ ਨੂੰ ਜਾਕਰ ਰੋਈ, ਸਾਡੀ ਕੋਈ ਨਹੀਂ ਸੁਣਦਾ ਕਹਿੰਦਾ ਗਰੀਬਾਂ ਦੀ, ਅਸੀਂ ਕੀ ਕਰੀਏ ਵੀ? ਸਾਡੀ ਪਿੰਡ 'ਚ ਵੀ ਨਹੀਂ ਕੋਈ ਸੁਣਦਾ, ਜਦੋਂ ਵਾਰ ਜਾਂਦੇ ਹਾਂ ਤਾਂ ਸਾਨੂੰ ਗ੍ਰਾਂਟਾਂ ਨਹੀਂ ਮਿਲੀਆਂ, ਅਸੀਂ ਕਿੱਧਰ ਜਾਈਏ? ਜਿੰਨੇ ਰੁਪਏ 'ਚ ਬਣੇ ਕਿਸੇ ਨੇ 5 ਕਲਾਸ ਨਹੀਂ ਕੱਢਿਆ, 6 ਰੁਪਏ 'ਚ ਬਣੇ ਕਿਸੇ ਨੇ 5 ਕਲਾਸ ਨਹੀਂ ਕੱਢਿਆ, ਸਾਰੇ ਵਾਰ ਜਾਂਦੇ ਹਾਂ, ਕੋਈ ਨਹੀਂ ਸਾਡੀ ਸੁਣਦਾ ਵੀ। ਆਪਾਂ ਆਪਣੇ ਪੈਸੇ, ਆਪਾਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਗਏ ਹਾਂ। ਕੀ ਹਾਲ ਸਾਡਾ ਬਣ ਰਿਹਾ ਵਾ? ਸਭ ਮੰਤਰੀ ਲੰਘਦੇ ਆ, ਕੋਈ ਮੰਤਰੀ ਨਹੀਂ ਮਿਲਦਾ ਇੱਧਰ ਦੀ, ਵੀ ਕੀ ਬਣ ਰਿਹਾ ਕੀ ਨਹੀਂ ਬਣ ਰਿਹਾ ਵੀ? ਸਭ ਵੇਲ ਲੰਘ ਜਾਂਦੇ ਆ ਚੁੱਪ ਕੀਤੇ। ਸਾਡੀ ਗਰੀਬਾਂ ਦੀ ਆਹ ਮਹੱਲਾ ਵੇਖੋ ਕੀ ਹਾਲ ਬਣ ਰਿਹਾ ਮਹੱਲੇ ਦਾ, ਵੇਖੋ ਆਰ ਕੇ ਡੁੱਬੇ ਪਏ ਆ ਇੱਥੇ ਬੱਚੇ, ਸੁਰ ਸਾਡੇ ਸਾਡੇ ਬੱਚੇ ਲੰਘਦੇ ਆ, ਬੱਛਾ ਲੰਘਦੇ ਆ, ਸਾਡੇ ਕੰਧਾਂ ਨੂੰ ਪਾਣੀ ਜਾ ਕੇ ਵੱਜਦਾ ਵਾ, ਵੇਖੋ ਜਾ ਕੇ ਕੀ ਹਾਲ ਬਣਿਆ। ਆਰ ਕੇ ਸੁਣੋ, ਆਰ ਕੇ ਵੇਖੋ, ਆਰ ਕੇ ਸਾਡੀ ਕੋਈ ਨਹੀਂ ਮਜਦੇ ਸਾਡੀ ਕਰਦਾ। ਉੱਥੋਂ ਦੀਆਂ ਮੇਨ ਬੱਸਾਂ ਟਰੱਕਾਂ ਸਾਰੇ ਲੰਘਦੀਆਂ ਨੇ, ਸੜਕ ਪਾਣੀ ਨੇ ਕਵਰ ਕੀਤੀ ਹੁੰਦੀ ਆ। ਜਦੋਂ ਬੱਚੇ ਲੰਘਦੇ ਆ ਉਹਨਾਂ 'ਚ ਬਹੁਤ ਪ੍ਰੋਬਲਮ ਹੁੰਦੀ ਆ ਜੀ, ਉਹਨਾਂ ਦੀ ਜਦੋਂ ਵੀ ਜਦੋਂ ਲੰਘਦੇ ਉਹਨਾਂ ਦੀ ਸਾਰੀ ਯੂਨੀਫੋਰਮ ਜਿੰਨੀ ਸਾਰੀ ਪਾਣੀ ਨਾਲ ਵੇਸਟ ਹੋ ਜਾਂਦੀ ਆ ਜੀ। ਇੱਥੇ 2-3 ਹਾਦਸੇ ਵੀ ਹੋ ਚੁੱਕੇ ਆ, ਇੱਕ ਗੁੜੀਆ ਦੀ ਲੱਤ ਟੁੱਟ ਚੁੱਕੀ ਆ, ਇੱਕ ਟਰਾਲੀ ਪੂਰੀ ਪਾਣੀ ਟਰਾਲੀ ਪੂਰੀ ਗੰਨਿਆਂ ਦੀ ਵਿੱਚ ਪੂਰੀ ਡੁੱਬ ਗਈ ਸੀ। ਪਿੰਡ ਵਾਲਿਆਂ ਦੇ ਸਹਿਯੋਗ ਨਾਲ ਉਹਨਾਂ ਦੀ ਬਹੁਤ ਔਖੀ ਜਾਨ ਬਚਾਈ। ਥੋੜ੍ਹੇ ਦਿਨ ਪਹਿਲੇ ਇੱਥੇ ਇੱਕ ਕਾਰ ਵੀ ਪੂਰੀ ਡਿੱਗ ਗਈ, ਉਹ ਖੁਦ ਸੈਕਟਰੀ ਸੀ, ਉਹ ਪਤਾ ਨਹੀਂ ਕਿਹੜੇ ਜ਼ਿਲ੍ਹੇ ਦਾ ਸੈਕਟਰੀ ਹੈਗਾ ਸੀ। ਹੋਰ ਵੀ ਆਪਾਂ ਨੂੰ ਸਰਕਾਰ ਕਰੀ ਜਲਦੀ ਜਲਦੀ ਇਹ ਮੰਗ ਕੀਤੀ ਜਾਂਦੀ ਹੈ ਕਿ ਜਲਦੀ ਜਲਦੀ ਇਹਦੇ ਵੱਲ ਧਿਆਨ ਦਿੱਤਾ ਜਾਵੇ। ਅਕਸਰ ਧਿਆਨ ਨਾ ਦੇਵੇਗੀ ਇੱਥੇ ਕੱਲ੍ਹ ਨੂੰ ਹੋਣ ਵਾਲੇ ਹੋਰ ਵੀ ਐਕਸੀਡੈਂਟ ਦੇ ਚਾਂਸ ਹੋ ਸਕਦੇ ਆ, ਕਿਉਂਕਿ ਵੱਧ ਤੋਂ ਵੱਧ ਆਵਾਜਾਈ ਵੱਧ ਰਹੀ ਆ ਜੀ। ਮੇਰਾ ਨਾਮ ਪਿੰਡ ਬੀਦੀਪੁਰ ਦਾ ਰਹਿਣ ਵਾਲਾ ਹਾਂ। ਇਹ ਵੀ ਜੀ ਗਰੀਬ ਬਸਤੀ ਆ ਸਾਰੀ, ਬਿਲਕੁਲ ਹਰੀਜਨ ਗਰੀਬ ਬਸਤੀ ਆ, ਜਿਹਦੇ ਕਰਕੇ ਦੋ ਪੰਚਾਇਤ ਸਾਡੇ ਅੱਖਾਂ 'ਚ ਆਇਆ ਬਣਾਈਆਂ, ਲੇਕਿਨ ਉਹ ਧਿਆਨ ਨਹੀਂ ਦਿੱਤਾ। ਅਸੀਂ ਜਦੋਂ ਜਾਂਦੇ ਹਾਂ ਕਰ ਦਾਂਗੇ, ਲੇਕਿਨ ਕੀਤਾ ਕਿ ਲਗਾਉ ਨਹੀਂ। ਇੱਥੇ 2-3 ਹਾਦਸੇ ਹੋਏ ਆ, ਇੱਕ ਗੰਨੇ ਦੀ ਟਰਾਲੀ ਛੱਪੜ ਦੇ ਵਿੱਚ ਡਿੱਗੀ, ਲੇਕਿਨ ਬਹੁਤ ਔਖੀ ਕੱਢੀ। ਇੱਕ ਕੁੜੀ ਦੀ ਲੱਤ ਟੁੱਟੀ, ਇਹ ਪੰਜ ਦੇ ਵਜਨ ਦੇ ਨਾਲ ਸਕੂਲ ਦੇ ਬੱਚੇ ਜਾਂਦੇ ਆ, ਅਸੀਂ ਬੜੇ ਬੱਚਿਆਂ ਨੂੰ ਬੜੇ ਬਹੁਤ ਪਰਲੇ ਬੰਨੇ ਨਗਾ ਕੇ ਜਾਂਦੇ ਹਾਂ। ਪੰਚਾਇਤ ਕੋਈ ਸਾਡੇ ਬਾਰੇ ਧਿਆਨ ਨਹੀਂ ਦੇ ਰਹੀ, ਜਿਹਦੇ ਕਰਕੇ ਪੰਚਾਇਤ ਨੂੰ ਆਖਿਆ ਇਹ ਪਾਣੀ ਦਾ ਨਿਕਾਸ ਜੇ ਨਾ ਕਰੂਗੀ ਅਸੀਂ ਰੋਡ ਜਾਮ ਕਰਾਂਗੇ ਸਾਰਾ ਪਿੰਡ। ਭਾਵੇਂ ਨੂੰ 10-10 20 ਦਿਨ ਇੱਥੇ ਕਹਿਣਾ ਪਏ, ਜੇ ਨਾ ਸਰਕਾਰ ਕਰੂਗੀ ਅਸੀਂ ਤਾਂ ਤੱਕ ਪਹੁੰਚ ਕਰਾਂਗੇ, ਭਾਵੇਂ ਚੰਡੀਗੜ੍ਹ ਜਾ ਕੇ ਉਹਨੂੰ ਜਾਣਾ ਪਏ। ਮੈਂ ਵਾਰਡ ਨੰਬਰ 1 ਦਾ ਮੌਜੂਦਾ ਮੈਂਬਰ ਪੰਚਾਇਤ ਹਾਂ, ਮਾਰਕੀਟ ਕਮੇਟੀ ਧਾਰੀਆ ਦਾ ਮੌਜੂਦਾ ਡਾਇਰੈਕਟਰ ਹਾਂ। ਪਰ ਇਹ ਮੇਰੇ ਜਿਹੜੇ ਭੈਣ ਭਰਾ ਨੇ ਇਹ ਵਾਕਈ ਨਰਕ ਦੀ ਜ਼ਿੰਦਗੀ ਭੋਗਦੇ ਪਏ, 'ਚ ਕੋਈ ਸ਼ੱਕ ਨਹੀਂ ਆ। ਇਹਨਾਂ ਦੇ ਬੱਚੇ ਬਿਮਾਰ ਰਹਿੰਦੇ ਨੇ, ਸਕੂਲ ਜਾਣ ਲੱਗੇ ਬੱਚੇ ਜਿਹੜੇ ਆ ਉਹ ਜੁੱਤੀਆਂ ਆਪਣੀਆਂ ਹੱਥ 'ਚ ਫੜ ਕੇ ਜਾਂਦੇ ਨੇ। ਤੁਸੀਂ ਵੇਖੋ ਕਿੰਨੀ ਦੂਰ ਤੱਕ ਮਤਲਬ ਕਹਿੰਦਾ ਪਾਣੀ ਖਲੋਤਾ ਵਾ, ਇਹ ਤੋਂ ਵੱਧ ਹੋਰ ਕੀ ਸ਼ਰਮ ਦੀ ਗੱਲ ਹੋ ਸਕਦੀ ਆ। ਇਹ ਵਿਚਾਰੇ ਵਾਰ ਵਾਰ ਇੱਕ ਵਾਰੀ ਨਹੀਂ ਗਏ, ਮੇਰੇ ਖਿਆਲ 10 ਵਾਰੀ ਸਰਪੰਚ ਸਾਹਿਬ ਕੋਲ ਵੀ ਇਹ ਗਏ ਆ, ਪਰ ਇਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਗਈ। ਆਪਾਂ ਇਹਨਾਂ ਦੀ ਹਾਮੀ ਭਰਦੇ ਹਾਂ, ਮੌਜੂਦਾ ਡਾਇਰੈਕਟਰ ਹੋਣ ਦੇ ਨਾਤੇ ਮੈਂ ਪ੍ਰਸ਼ਾਸਨ ਦੇ ਧਿਆਨ 'ਚ ਖੁਦ ਵੀ ਲਿਆਵਾਂਗਾ। ਇਹਨਾਂ ਤੋਂ ਜਿਹੜੀ ਐਪਲੀਕੇਸ਼ਨ ਆਪਾਂ DDPO ਸਾਹਿਬ ਨੂੰ ਦੇਵਾਂਗੇ, DC ਸਾਹਿਬ ਨੂੰ ਦੇਵਾਂਗੇ, ਜਿਹੜਾ ਮਹਿਕਮੇ ਦਾ ਮੰਤਰੀ ਆ ਉਹਨਾਂ ਦੇ ਮੇਰੇ ਨਾਲ ਵੀ ਜਾਣਾ ਪਏਗਾ, ਅਤੇ ਮੈਂ ਇਹਨਾਂ ਦੇ ਨਾਲ ਵੀ ਜਾਵਾਂਗਾ ਵੀਰਾਂ ਦੇ। ਆਪਾਂ ਇਹਨਾਂ ਦਾ ਦੁੱਖ ਵਾ ਇਹਨਾਂ ਨੂੰ, DC ਸਾਹਿਬ ਦੇ ਧਿਆਨ ਦੇ ਵਿੱਚ ਇਹ ਗੱਲ ਜਿਹੜੀ ਆ
और लिखती रूप के दी जाएगी। जबानी जबानी तो काफ़ी आ रही है दे चुके हैं पर कोई भी सुनवाई नहीं की हुई। ये जड़े परिवार ने वाकई ये दुखी ने ते सरकार दे विरुद्ध इन्हों का रोस जड़ा वा वो जायज भी आ। देश दुनिया से करोना महामारी का असर इस जरूरी है कि तुहानू मिले सही जानकारी अते पता होवे सच्ची खबर। अजीत वेब टीवी दे सैकड़े पत्रकारां दी है हर पल हर जगह ते हर स्थिति ते पैनी नजर। पिंड कस्बा शहर होवे या देश विदेश असी जुड़े हां तुहाडे नाल अखबारां ते सोशल मीडिया राही। कलम दी ताकत ते वेब टीवी दे माध्यम दे नाल हर जन तक पहुंचावांगे हर मन दी आवाज। हर आमो खास ते हकूमत नूं भी करांगे सवाल जवाब। आप नहीं तां पहुंचेगी साडी वीडियो कॉल। अफवाहां तों बचो अते सच्चियां ते सही खबरां दे लई जुड़े रहो अजीत वेब टीवी दे नाल।